ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਸ਼ਨੀਵਾਰ ਨੂੰ ਦਿੱਲੀ ਸਮੇਤ ਕੁਝ ਰਾਜਾਂ ਦੇ ਵਿੱਚ ਸੀਟਾਂ ਦੇ ਬਟਵਾਰੇ ਦੀ ਘੋਸ਼ਣਾ ਕਰ ਦਿੱਤੀ, ਜਿਸ ਦੇ ਤਹਿਤ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਆਪ 4 ਅਤੇ ਕਾਂਗਰਸ 3 ਸੀਟਾਂ 'ਤੇ ਚੋਣਾਂ ਲੜੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਗੁਜਰਾਤ ਦੇ ਭਰੂਚ ਅਤੇ ਭਾਵਨਗਰ ਸੀਟ ਅਤੇ ਹਰਿਆਣਾ ਦੇ ਕੁਰੂਕਸ਼ੇਤਰ ਸੀਟ ਤੋਂ ਵੀ ਚੋਣ ਲੜੇਗੀ। ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਦੋਨੋਂ ਪਾਰਟੀਆਂ ਵੱਖ ਵੱਖ ਚੋਣਾਂ ਲੜਨ ਦਾ ਫੈਸਲਾ ਕੀਤਾ, ਪਰ ਚੰਡੀਗੜ੍ਹ ਲੋਕ ਸਭਾ ਖੇਤਰ ਦੇ ਵਿੱਚ ਕਾਂਗਰਸ ਆਪਣਾ ਉਮੀਦਵਾਰ ਇੱਥੇ ਉਤਾਰੇਗੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਇਹ ਬਟਵਾਰੇ ਦੀ ਘੋਸ਼ਣਾ ਕੁਝ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਦੇ ਕਾਂਗਰਸ ਦੇ ਵਿਚਕਾਰ ਸੀਟ ਬਟਵਾਰੇ ਦਾ ਐਲਾਨ ਹੋ ਗਿਆ ਸੀ ਅਤੇ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਸੀਟਾਂ ਦੇ ਵਿੱਚ 17 ਤੇ ਕਾਂਗਰਸ ਚੋਣਾਂ ਲੜ ਰਹੀ ਹੈ। ਪੰਜਾਬ ਮੇ ਦੋਨੋਂ ਪਾਰਟੀਓ ਨੇ ਤੈਅ ਕੀਆ ਹੈ ਕਿ ਅਲੱਗ ਅਲੱਗ ਚੁਣਾਵ ਲੜੇਂਗੇ, ਤੋ ਪੰਜਾਬ ਮੇ ਅਲੱਗ ਅਲੱਗ ਲੜੇਂਗੇ। ਕਾਂਗਰਸ ਆਪਣੇ ਕੈਂਡੀਡੇਟ ਉਤਾਰੇਗੀ, ਆਮ ਆਦਮੀ ਪਾਰਟੀ। ਲੇਕਿਨ ਕੀ ਫਾਰਮੂਲਾ ਤੈਅ ਕੀਆ ਗਿਆ ਹੈ ਅਗਰ ਬਾਤ? ਕੋਈ ਫਾਰਮੂਲਾ ਨਹੀਂ ਹੈ, ਵਹਾਂ ਪਰ ਪੂਰੀ ਸੀਟੋਂ ਪਰ ਅਲੱਗ ਅਲੱਗ ਲੜੇਂਗੇ, ਵਹਾਂ ਪੇ ਗਠਬੰਧਨ ਨਹੀਂ। ਸਰ, ਇਸ ਸੀਟ ਪਰ ਹਰਿਆਣਾ ਮੇ ਆਪ ਚੁਣਾਵ ਲੜਨੇ ਜਾ ਰਹੇ ਹੈ ਸਰ? ਹਰਿਆਣਾ ਕੇ ਇੱਕ ਸੀਟ ਕੁਰੂਕਸ਼ੇਤਰ ਮੇ ਆਮ ਆਦਮੀ ਪਾਰਟੀ ਚੁਣਾਵ ਲੜ ਰਹੀ ਹੈ। ਹਰਿਆਣਾ ਕੀ ਅਗਰ ਬਾਤ ਕਰੇ ਸਰ, ਕਿਸ ਤਰੀਕੇ ਕਾ ਰਹੇਗਾ ਹਰਿਆਣਾ ਮੇ? ਹਰਿਆਣਾ ਮੇ ਇੰਡੀਆ ਅਲਾਇੰਸ ਕੀ ਤਰਫ ਸੇ ਇੱਕ ਸੀਟ ਮਿਲਾ ਹੈ ਔਰ ਵਹਾਂ ਪਰ ਆਮ ਆਦਮੀ ਪਾਰਟੀ ਕਾ ਕੈਂਡੀਡੇਟ ਉਤਾਰਾ ਜਾਏਗਾ ਔਰ ਪੂਰੀ ਤਾਕਤ ਸੇ ਚੁਣਾਵ ਲੜੇਂਗੇ ਵਹਾਂ। ਕਾਂਗਰਸ ਨੇ ਪਹਿਲੇ ਵੀ ਕਿਹਾ ਸੀ ਕਿ ਜੋ ਪਾਰਟੀ ਹਾਈਕਮਾਨ ਦਾ ਨਿਰਣੇ ਹੋਏਗਾ ਅਲਾਇੰਸ ਨੂੰ ਲੈ ਕੇ, ਉਹ ਦਿੱਲੀ ਦੇ ਕਾਂਗਰਸ ਮੰਨਣਗੇ। ਅੱਜ ਹਾਈਕਮਾਨ ਦੇ ਆਦੇਸ਼ ਦੇ ਅਨੁਸਾਰ 3 ਸੀਟ ਕਾਂਗਰਸ ਪਾਰਟੀ, 4 ਸੀਟ ਆਮ ਆਦਮੀ ਪਾਰਟੀ ਲੜੇਗੀ। ਕਾਂਗਰਸ ਪਾਰਟੀ ਨੌਰਥ ਈਸਟ ਦਿੱਲੀ, ਚਾਂਦਨੀ ਚੌਂਕ ਔਰ ਨੌਰਥ ਵੈਸਟ ਦਿੱਲੀ ਤੋਂ ਇਲੈਕਸ਼ਨ ਲੜੇਗੀ, ਪਰ ਕਾਂਗਰਸ ਦੇ ਕਾਰਜਕਰਤਾ 7 ਸੀਟਾਂ ਤੇ ਕਾਂਗਰਸ ਦੇ ਕੈਂਡੀਡੇਟਾਂ ਨੂੰ ਜਿਤਾਉਣ ਵਾਸਤੇ ਕੰਮ ਕਰਨਗੇ। ਲੇਕਿਨ ਕੈਸੇ ਸਮਨਵੇ ਆਪਸ ਮੇਂ ਬੈਠਾ ਪਾਏਗੇ? ਜ਼ਰੂਰ ਬੈਠ ਜਾਏਗਾ, ਜਬ ਇੰਡੀਆ ਅਲਾਇੰਸ ਕਾ ਪੂਰੇ ਦੇਸ਼ ਮੇਂ ਬੈਠ ਰਹਾ ਤੋ ਦਿੱਲੀ ਮੇਂ ਕਿਉਂ ਨਹੀਂ ਬੈਠ? ਦਿੱਲੀ ਮੇਂ ਹਰਿਆਣਾ ਮੇਂ ਆਪਕਾ ਗਠਬੰਧਨ ਹੁਆ ਹੈ, ਲੇਕਿਨ ਪੰਜਾਬ ਮੇਂ ਨਹੀਂ ਹੋ ਪਾ ਰਹਾ। ਪੰਜਾਬ ਦੇ ਸਮੀਕਰਨ ਅਲੱਗ ਨੇ, ਦਿੱਲੀ ਹਰਿਆਣਾ ਦੇ। ਇਹ ਸੰਦੇਸ਼ ਕੈਸਾ ਜਾਏਗਾ ਆਪਕਾ? ਬਿਲਕੁਲ ਸੰਦੇਸ਼ ਜਾਏਗਾ ਮਜ਼ਬੂਤੀ ਕੇ ਸਾਥ ਅਲਾਇੰਸ, ਲੋਕ ਸਮਝਦਾਰ। ਮੁੱਦੇ ਕੀ ਰਹਿਣ ਵਾਲੇ ਹੈ? ਮੁੱਦੇ ਲੋਕਤੰਤਰ ਕੋ ਬਚਾਨੇ ਕਾ, ਇਸ ਦੇਸ਼ ਕੇ ਅੰਦਰ ਡੈਮੋਕ੍ਰੇਸੀ ਕੋ ਬਹਾਲ ਕਰਨਾ। ਕਾਂਗਰਸ ਦੇ ਵੱਡੇ ਨੇਤਾ ਮੁਕੁਲ ਵਾਸਨਿਕ ਨੇ ਆਮ ਆਦਮੀ ਪਾਰਟੀ ਦੇ ਨੇਤਾ ਸੰਦੀਪ ਪਾਠਕ, ਸੌਰਵ ਭਾਰਦਵਾਜ, ਅਤੀਸ਼ੀ ਦੇ ਨਾਲ ਸੀਟ ਵੰਡ ਦੀ ਘੋਸ਼ਣਾ ਕਰਦੇ ਹੋਏ ਇਸ ਮੌਕੇ ਕਾਂਗਰਸ ਦੇ ਦਿੱਲੀ ਪ੍ਰਭਾਰੀ ਦੀਪਕ ਬਾਬਰੀਆ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਅਰਵਿੰਦਰ ਸਿੰਘ ਲਵਲੀ ਮੌਕੇ ਤੇ ਮੌਜੂਦ ਸਨ। ਵਾਸਨਿਕ ਦਾ ਕਹਿਣਾ ਹੈ ਕਿ ਦਿੱਲੀ ਦੇ ਆਮ ਆਦਮੀ ਪਾਰਟੀ 'ਚ 4 ਅਤੇ ਕਾਂਗਰਸ 3 ਸੀਟਾਂ 'ਤੇ ਚੋਣਾਂ ਲੜੇਗੀ। ਆਪ ਦੱਖਣੀ ਦਿੱਲੀ, ਪੱਛਮੀ ਦਿੱਲੀ, ਪੂਰਬੀ ਦਿੱਲੀ ਅਤੇ ਨਵੀਂ ਦਿੱਲੀ ਲੋਕ ਸਭਾ ਸੀਟ 'ਤੇ ਉਮੀਦਵਾਰ ਲੈ ਕੇ ਉਤਰੇਗੀ, ਜਦਕਿ ਕਾਂਗਰਸ ਚਾਂਦਨੀ ਚੌਂਕ, ਉੱਤਰ ਪੱਛਮੀ ਅਤੇ ਉੱਤਰ ਪੂਰਬੀ ਦਿੱਲੀ ਸੀਟ 'ਤੇ ਚੋਣ ਲੜੇਗੀ। ਰਾਸ਼ਟਰੀ ਰਾਜਧਾਨੀ 'ਚ 7 ਲੋਕ ਸਭਾ ਸੀਟਾਂ ਨੇ। ਪਿਛਲੇ ਲੋਕ ਸਭਾ ਚੋਣਾਂ ਦੌਰਾਨ ਸੀਟ 'ਤੇ ਭਾਰਤੀ ਜਨਤਾ ਪਾਰਟੀ ਨੇ ਜਿੱਤ ਦਰਜ ਕੀਤੀ ਸੀ। ਦਿੱਲੀ ਤੋਂ ਕਮਲ ਕੁਮਾਰ ਕੰਸਲ ਦੀ ਰਿਪੋਰਟ, ਜਗਬਾਣੀ ਟੀਵੀ।